ਮੈਨੂੰ ਫੋਲੋ ਕਰਦੇ ਗਬਰੂ ਤੇਰੇ ਵਰਗੇ ਹਜ਼ਾਰਾਂ ਵੇ ਪਿੱਛਾ ਛੱਡਦੇ ਮੇਰਾ ਵਰਨਾ ਪੈ ਜੂਗਾ ਖਿਲਾਰਾ ਵੇ ਗੱਲ ਨਾ ਕਰ ਖਿਲਾਰੇ ਦੀ ਜੱਟ ਤਾਂ ਕਈਆਂ ਉੱਤੇ ਭਾਰਾ ਨਹੀਂ ਮੈਂ ਬਣੂ ਤੇਰਾ ਚੰਨ ਸਮਝੀ ਨਾ ਟੁੱਟਿਆ ਤਾਰਾ ਨਹੀਂ ਹਾਂ ਜਿੱਦਾਂ ਤੁਸੀਂ ਕੁਐਸਚਨ ਪੁੱਛਿਆ ਮੈਨੂੰ ਵੀ ਪਾਣੀ ਦੀ ਬਾਲਟੀ ਮਾਰ ਕੇ ਫਿਲਮ 'ਚ ਮੈਨੂੰ ਜਿਵੇਂ ਉਠਾਇਆ ਜਾ ਰਿਹਾ ਬਹੁਤ ਹੋਇਆ ਜੀ ਰੀਅਲ ਲਾਈਫ 'ਚ ਬਾਲਾ ਹੀ ਹੋਇਆ ਜਦੋਂ ਅਸੀਂ ਹੋਸਟਲ ਵਗੈਰਾ 'ਚ ਰਹਿੰਦੇ ਸੀ ਨਾ ਉਦੋਂ ਮੁੰਡੇ ਆਹੀ ਕਰਦੇ ਹੁੰਦੇ ਸੀ ਆਰਾਮ ਨਾਲ ਸੁੱਤੇ ਹੁੰਦੇ ਸੀ ਹੁਣ ਵੈਸੇ ਤੁਹਾਨੂੰ ਪਤਾ ਨਹੀਂ ਹੋਣਾ ਪਰ ਇੱਕ ਨਾ ਜੁੱਤੀ ਗੇਮ ਚੱਲਦੀ ਹੈ ਹੋਸਟਲਾਂ 'ਚ ਸਾਰੀ ਮੰਡੀਰ ਜਿਹੜੀ ਦੇਖ ਰਹੀ ਸਭ ਨੂੰ ਪਤਾ ਤੁਹਾਨੂੰ ਨਹੀਂ ਪਤਾ ਨਾ ਮੈਂ ਤੁਹਾਨੂੰ ਦੱਸਣਾ ਉਹਦੇ ਕੀ ਹੁੰਦੇ ਲੈਟ ਬੰਦ ਕਰਕੇ ਨਾ ਜੁੱਤੀਆਂ ਮਾਰੀਆਂ ਜਾਂਦੀਆਂ ਸੀ ਅਤੇ ਸਵੇਰੇ ਉਠਾਉਣ ਲੱਗੇ ਨਾ ਬਾਲਟੀ ਮਾਰੀ ਜਾਂਦੀ ਸੀ ਪਾਣੀ ਦੀ ਸੋ ਮੇਰੇ ਨਾਲ ਤਾਂ ਬਹੁਤ ਵਾਰ ਹੋਇਆ ਵੀਰੇ ਨਹੀਂ ਅਭੀ ਤੱਕ ਤਾਂ ਨਹੀਂ ਹੁਆ ਹੈ ਲੇਕਿਨ ਹਾਂ ਸੈੱਟ ਪੇ ਹਮਾਰੇ ਡਾਇਰੈਕਟਰ ਵਿਨੀਤ ਅਟਵਾਲ ਜੀ ਰੋਜ਼ ਸੁਬਹ ਵੇਕਅਪ ਕਾਲ ਦੇਣੇ ਆਤੇ ਥੇ ਸ਼ੂਟ ਕੇ ਪਹਿਲੇ ਇਨਕੋ ਵੀ ਔਰ ਮੁਝੇ ਵੀ ਪਾਣੀ ਦੀ ਬਾਲਟੀ ਮਾਰ ਦੇ ਨਹੀਂ ਪਾਣੀ ਦੀ ਬਾਲਟੀ ਦੇ ਬਿਨਾ ਥੈਂਕ ਯੂ ਥੈਂਕ ਗੋਡ ਖੱਪੀ ਜੇ ਇਹਦੇ ਜੇ ਹੈ ਇਹ ਬਹੁਤ ਖੱਪ ਪਾਉਂਦਾ ਸੀ ਸੈੱਟ 'ਤੇ ਬਹੁਤ ਰੋੜਾ ਪਾਉਂਦਾ ਸੀ ਹੱਸਦਾ ਹਸਾਉਂਦਾ ਸੀ ਲੈਗ ਪੁਲਿੰਗ ਕਰਦਾ ਸੀ ਮੇਰੀ ਇੰਨੀ ਪ੍ਰੈਂਕਸ ਪਲੇ ਕਰਦਾ ਸੀ ਤੇ ਇਹੀ ਵਜ੍ਹਾ ਹੈ ਮੈਨੂੰ ਬਹੁਤ ਪਸੰਦ ਹੈ ਇਹਦੇ ਜਿਹੇ ਮੁੰਡੇ ਪਸੰਦ ਨੇ ਮੈਨੂੰ ਮਤਲਬ ਖੱਪੀ ਬੰਦੇ ਪਸੰਦ ਨੇ ਇਹਨਾਂ ਨੂੰ ਠੀਕ ਹੈ ਜੀ ਸੋ ਜਿਹੜੇ ਬੰਦੇ ਖੱਪੀ ਨੇ ਇਹਨਾਂ ਦੇ ਫੇਸਬੁੱਕ ਇੰਸਟਾ 'ਤੇ ਆ ਕੇ ਖੱਪ ਪਾਓ ਤੁਹਾਨੂੰ ਪਸੰਦ ਕਰ ਲੈਣ ਕਿਹਾ ਠੀਕ ਹੈ ਯੂ ਆਰ ਮੋਸਟ ਵੈਲਕਮ ਇਤਿਹਾਸ ਗਵਾਹ ਹੈ ਜਦੋਂ ਜਦੋਂ ਕੁੜੀਆਂ ਨਾਲ ਕਰੀਬੀ ਵਧਦੀ ਹੈ ਇਤਿਹਾਸ ਗਵਾਹ ਹੈ ਜਦੋਂ ਜਦੋਂ ਕੁੜੀਆਂ ਨਾਲ ਕਰੀਬੀ ਵਧਦੀ ਹੈ ਮੁੰਡਿਆਂ 'ਚ ਗਰੀਬੀ ਅਤੇ ਬਦਨਸੀਬੀ ਵਧਦੀ ਹੈ ਚੱਲ ਪਿੱਛੇ ਹੋ ਜਾ ਤੂੰ ਪਾਸੇ ਰਹਿ ਮੇਰੇ ਤੋਂ ਗੱਲ ਵੈਸੇ ਨਹੀਂ ਠੀਕ ਕਹੀ ਹੈ ਗੱਲ ਸਿਆਣੀ ਹੈ ਇਦਾਂ ਤੇ ਅਪਰੀਸ਼ੀਏਟ ਕਰਨ ਵਾਲੀ ਹੈ ਸਿਆਣੀ ਆ ਮੈਂ ਤੈਨੂੰ ਫਰਸਟ ਡੇ ਤੋਂ ਬੋਲ ਰਹੀ ਆ ਮੈਂ ਸਿਆਣੀ ਆ ਆ ਗੱਲਾਂ ਕਰਕੇ ਸਿਆਣੀ ਆ ਚਲੋ ਜੇ ਲੀਗਲੀ ਮੈਂ ਕਿਸੇ ਨੂੰ ਵਰਲਡ ਵਾਈਡ ਕਿਡਨੈਪ ਕਰਨਾ ਹੋਏ ਤਾਂ ਕਿਹਨੂੰ ਕਰਾਂਗਾ ਤੂੰ ਬੜਾ ਹੀ ਵਧੀਆ ਕੁਐਸਚਨ ਹੈ ਮੈਂ ਵੈਸੇ ਕਿਹਨੂੰ ਕਿਡਨੈਪ ਕਰਾਂਗਾ ਮੈਂ ਇੱਕ ਮੇਰੀ ਨਾ ਫੇਵਰੇਟ ਹੀਰੋਇਨ ਆ ਯਾਰ ਮੈਂ ਉਹਨੂੰ ਕਿਡਨੈਪ ਕਰਾਂਗਾ ਕਿਉਂ ਕਰਾਂਗਾ ਕਿਉਂਕਿ ਉਹ ਮੈਨੂੰ ਬਾਹਲੀ ਪਸੰਦ ਆ ਹੈ ਨਾ ਵੀ ਉਹਨੂੰ ਸਾਹਮਣੇ ਬਿਠਾ ਕੇ ਮੈਂ ਦੇਖਾਂਗਾ ਪੁੱਛਾਂਗਾ ਵੀ ਮਰ ਜਾਣੀ ਹੈ ਤੂੰ ਇੰਨੀ ਸੋਹਣੀ ਕਾਤੋਂ ਆ ਅਤੇ ਉਹਦਾ ਨਾਮ ਹੈਗਾ ਜੀ ਕਟਰੀਨਾ ਕੈਫ ਸੋ ਆਹੀ ਹੈ ਜੀ ਮੇਰਾ ਜਵਾਬ ਆਹੀ ਹੈ ਆਈ ਥੋਟ ਯੂ ਵਰ ਗੋਇੰਗ ਟੂ ਟੇਕ ਮਾਈ ਨੇਮ ਥੈਂਕ ਯੂ ਤੁਹਾਡਾ ਨਾਮ ਲਿਸਟ 'ਤੇ ਨਹੀਂ ਹੈਗਾ ਜੀ ਤੁਸੀਂ ਅਸਲ 'ਚ ਹੈਗੇ ਹੋ ਸੋਹਣੇ ਸੇਮ ਟੂ ਯੂ ਹਾਂ ਪਰ ਠੀਕ ਹੈ ਫਿਰ